ਸਸ਼ੀਕਾਲ ਜੀ ਸੰਧੂ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ। ਅੱਜ ਦੀ ਵੀਡੀਓ ਮਿੱਤਰੋ ਬਣਾਉਣ ਲੱਗੇ ਆਪਾਂ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਇੱਕੋ ਘਰ 'ਚ ਦਿਖਾਵਾਂਗੇ ਤੁਹਾਨੂੰ। ਅੱਜ 20 ਟੌਪ ਨਗੀਨੇ ਨੇ, 20 ਮੱਝਾਂ ਇੱਕੋ ਛੱਤ ਥੱਲੇ, ਉਹ ਵੀ ਮੱਝਾਂ ਵੀ 15 ਤੋਂ 20 ਕਿਲੋ ਦੀਆਂ, ਅਤੇ ਵਿੱਚ ਇੱਕ ਜਿਹੜੀ ਕੱਟੀ ਆ 6 ਮਹੀਨਿਆਂ ਦੀ ਮੋਹਰਾ ਨਸਲ ਦੀ, 6 ਮਹੀਨਿਆਂ ਦੀ ਗੱਭਣ ਹੈ, ਅਤੇ ਅੱਗੇ ਦੇਖ ਲਓ ਅਸੀਂ 4 ਮਹੀਨਿਆਂ ਤੱਕ ਸੋਣਾ ਜਦੋਂ ਚੰਗੇ ਟਾਈਮ 'ਚ ਸੋਣਾ। ਅਤੇ ਕੱਲ੍ਹ ਮੇਰਾ ਖਿਆਲ ਹੈ ਮੈਨੂੰ ਲੱਗਦਾ ਕਰਾਲੀ ਮੰਡੀ ਲਾ ਕੇ ਹਟੀ ਹੈ, ਅਤੇ ਅੱਜ 6 ਤਰੀਕ ਦੀ ਮੰਡੀ ਹੈ, ਸਮਝ ਲਓ ਇੱਕ ਤਰ੍ਹਾਂ ਦੀ ਪਿੰਡ ਲੱਗੀ ਹੋਈ ਹੈ ਲੋਹੇ ਖੇੜੇ। ਬਾਕੀ ਤੁਹਾਨੂੰ ਇਕੱਲੀ ਇਕੱਲੀ ਮੈਂ ਦਿਖਾ ਦਾਂਗੇ, ਬਕਾਇਦਾ ਸਾਰੀ ਜਾਣਕਾਰੀ ਲੈ ਲਾਂਗੇ ਬਾਈ ਤੋਂ। ਅਤੇ ਵੀਡੀਓ ਨੂੰ ਬਾਈ ਲਾਸਟ ਤੱਕ ਜ਼ਰੂਰ ਦੇਖਿਓ, ਕਿਉਂਕਿ ਅੱਜ ਜਿਵੇਂ ਅਮਰੀਕ ਖੋਸਾ ਖੋਸਲਾ ਕਹਿੰਦਾ ਹੁੰਦਾ ਵੀ ਅੱਜ ਰਿਕਾਰਡ ਟੁੱਟਣਗੇ, ਅਤੇ ਲਾਸਟ ਤੱਕ ਜ਼ਰੂਰ ਦੇਖਿਓ, ਬਣੇ ਰਹੋ, ਲੰਬੀ ਜ਼ਰੂਰ ਹੋ ਜੂਗੀ, ਪਰ ਇਹੋ ਜਿਹੀ ਵੀਡੀਓ ਤੁਸੀਂ ਕੱਢ ਕੇ ਦੇਖ ਲਿਓ ਇਕੱਠੇ ਇੱਕ ਛੱਤ ਥੱਲੇ 20 ਪਸ਼ੂਆਂ ਦੀ। ਮੈਂ ਤਾਂ ਨਹੀਂ ਕਹਿੰਦਾ ਵੀ ਕਦੇ ਪਹਿਲਾਂ ਵੀਡੀਓ ਆਈ ਹੋਣੀ ਇੱਦਾਂ ਦੀ। ਲੈ ਕਰੀਏ ਸ਼ੁਰੂ ਬਾਈ। ਹੋਰ ਪ੍ਰਦੀਪ ਬਾਈ ਠੀਕ ਹੈ? ਠੀਕ ਠਾਕ ਜੀ, ਵਧੀਆ ਚੱਲਦਾ ਕੰਮ ਕਾਰ? ਅੱਜ ਤਾਂ ਫਿਰ ਸਿਰ ਹੀ ਲਾਤਾ ਹੈ। ਹਾਂ ਬਾਈ, ਬਸ ਕਿਰਪਾ ਬਾਬੇ ਨਾਨਕ ਦੀ। ਅੱਛਾ, ਬਾਬਾ ਨਾਨਕ ਤੇ ਆ ਕੇ ਫਿਰ ਇਕੱਠੀਆਂ ਕਰਤੀਆਂ ਫੁੱਲ, ਬਾਕੀ ਆਰਡਰ ਉਡਰ, ਬਾਕੀ ਡਿਮਾਂਡ ਵਧੀਆ ਬਾਈ। ਫੋਨ ਆਈ ਜਾਂਦੇ ਰਹਿੰਦੇ ਨੇ ਹੁਣ, ਮੰਨ ਕੇ ਅਗਲਾ ਹਰੇਕ ਬੰਦਾ ਜ਼ਿਮੀਦਾਰ ਜੀ ਨੇ 4 ਪਸ਼ੂ ਲੈਣੇ, ਉਹ ਵੀ ਅਗਲਾ ਕਹਿੰਦਾ 1-2 ਰੱਖ ਲਾ ਵੀ ਵਧੀਆ ਰੱਖ। ਠੀਕ ਹੈ ਠੀਕ ਹੈ। ਵਿੱਚ ਬਾਈਆਂ ਦੇ ਫੋਨ ਆਈ ਵੀ ਆਪਾਂ ਪਹਿਲਾਂ ਝੋਟੀਆਂ ਲੈਣੀਆਂ ਨੇ, ਪਹਿਲਾਂ ਵੀ ਲਈਆਂ। ਅੱਛਾ ਅੱਛਾ। ਹਾਂ, ਬਾਕੀ ਹੋਰ ਬਾਈ ਦਾ ਦੁਨੀਆਦਾਰੀ ਆ, ਵਿੱਚ ਬਥੇਰੇ ਵੀਡੀਓ 'ਚ ਬੋਲਣ ਵਾਲੇ ਬਥੇਰੇ ਨੇ, ਕਮੈਂਟ ਕਰਨ ਵਾਲੇ ਬਥੇਰੇ ਨੇ, ਉਹ ਤਾਂ ਚੱਲਦਾ, ਜਿਹਨੇ ਲੈਣੀ ਨਹੀਂ ਹੁੰਦੀ ਉਹ ਵੀ ਕਮੈਂਟ ਕਰ ਦਿੰਦਾ, ਇੰਨੇ ਪੈਸੇ ਮੰਗ ਲਏ। ਪਰ ਬਾਈ ਇੱਥੇ ਦਰਸ਼ਨ ਪਾ ਕੇ ਜਾਵੇ, ਕਮੈਂਟ ਕਰਨ ਵਾਲਿਆਂ ਨੂੰ ਇੱਕ ਬੇਨਤੀ ਆਪਣੀ ਵੀ ਦੇਖ, ਤੁਸੀਂ ਕਹਿੰਦੇ ਨਾ ਰੇਟ ਵੱਧਦਾ, ਫਿਰ ਸਾਡੇ ਕੋਲ ਤਾਂ ਅੱਜ ਨੂੰ ਉਹੀ ਮਾਲ ਖੜਾ ਰਹੇ ਬਾਈ। ਨਾ ਨਾ ਠੀਕ ਹੈ, ਮੈਂ ਸਾ ਧੜਾ ਧੜਾ ਇਹੋ ਜਿਹੀ ਗੱਲ ਨਹੀਂ ਬਾਈ, ਚੰਗਾ ਮਾਲ ਆਉਂਦਾ, ਚੰਗਾ ਧੜਾ ਧੜ ਵਿਕ ਵੀ ਰਿਹਾ, ਅਤੇ ਚੰਗਾ ਬਾਈ ਖਰੀਦ ਵੀ ਰਿਹਾ। ਅੱਜ ਦੀ ਡੇਟ 'ਚ ਸਿਰਾ ਕਰਿਆ ਹੋਇਆ ਜੋ, ਕਿਉਂਕਿ ਲੋਹਾ ਖੇੜਾ ਇੱਦੂ ਪਹਿਲਾਂ ਨਾ ਕਿਸੇ ਨੇ ਇੰਨਾ ਚੰਗਾ ਮਾਲ ਇਹ ਇਲਾਕੇ 'ਚ, ਮੈਂ ਤਾਂ ਨਹੀਂ ਕਹਿੰਦਾ ਵੀ ਸੰਗਰੂਰ ਏਰੀਏ 'ਚ ਇਹੋ ਜਿਹਾ ਮਾਲ ਕਿਸੇ ਬੰਦੇ ਨੇ ਵੇਚਿਆ ਹੋਣਾ, ਅਤੇ ਅੱਜ ਉਹ ਪ੍ਰਦੀਪ ਬਾਈ ਆਪਾਂ ਨੇ ਸੇਵ ਹੀ ਲਾ ਲਓ ਕਰ ਰਿਹਾ, ਕਿਉਂਕਿ ਕਮਾਈ ਤਾਂ ਯਾਰ ਹਰੇਕ ਬੰਦੇ ਨੇ ਕਰ ਰਿਹਾ, ਕਿਉਂਕਿ ਭੱਜ ਦੌੜ। ਮੈਂ ਸਵੇਰ ਦਾ ਬੰਦੇ, ਇਹ 1.5-2 ਘੰਟਾ ਹੋ ਗਿਆ, ਇਹਨੂੰ ਇੱਕ ਟਾਈਮ ਵੀ ਵਿਹਲਾ ਨਹੀਂ, ਕਿਉਂਕਿ ਇੰਨਾ ਮਾਲ ਸਾਂਭਣਾ ਬਹੁਤ ਔਖਾ ਹੈ। ਲੈ ਕਰੀਏ ਸ਼ੁਰੂ ਬਾਈ। ਲੈ ਪਹਿਲੇ ਨੰਬਰ ਤੋਂ ਦੇਖ ਲਓ ਬਾਈ ਤੁਸੀਂ, ਝੋਟੀ ਇਹ ਮੈਨੂੰ ਲੱਗਦਾ ਰਾਤ ਸੂਈ ਆ ਜੀ। ਨਹੀਂ ਵੀਰੇ, ਇਹ ਕੱਲ ਸਵੇਰ ਦੀ ਸੂਈ ਹੋਈ ਆ, ਜੇਰ ਵਗੈਰਾ ਡਾਨਾ 4 ਕਿਲੋ ਬੋਲਾ ਕੱਢਿਆ ਵੀ, ਐਵੇਂ ਆਪਾਂ ਲੋਕਾਂ ਨੂੰ ਝੂਠ ਬੋਲਦੀ ਵੀ 7 ਕਿਲੋ ਚੋ 8 ਕਿਲੋ, ਤੁਹਾਨੂੰ ਪਤਾ ਵੀ ਵੱਡੀ ਝੋਟੀ ਆ ਵੀ, ਕਈ ਵਾਰ ਵੀਰੇ ਦਾਬ ਦੂ ਮੰਨ ਜੇ ਜਾਨਵਰ ਔਖਾ ਹੋ ਜਾਂਦਾ। ਨਾ ਨਾ ਠੀਕ ਹੈ, ਮਗਰ ਇਹਦੇ ਕੱਟੀ ਆ ਵੀਰ। ਠੀਕ ਹੈ ਠੀਕ ਹੈ, ਇੱਕ ਵਾਰੀ ਤੋਰਨ ਨਹੀਂ ਕਰੇਗਾ ਗੇ, ਚਲਾ ਲੈ ਇੱਕ ਵਾਰੀ ਤੁਹਾਨੂੰ ਤੋਰ ਕੇ ਦਿਖਾ ਦਿੰਦੇ ਜੀ ਝੋਟੀ, ਬਕਾਇਦਾ ਤੁਸੀਂ ਆਪ ਅੰਦਾਜ਼ੇ ਲਾ ਲਿਓ, ਕਮੈਂਟ ਜ਼ਰੂਰ ਉਹੀ ਗੱਲ ਹੈ, ਕੋਈ ਗੱਲ ਨਹੀਂ ਕਮੈਂਟ ਕਰਿਆ ਕਰੋ, ਪਰ ਜੇ ਇਹੋ ਜਿਹਾ ਕਮੈਂਟ ਹੋਈ ਗੱਲ ਰੇਟ ਰੂਟ ਦਾ ਕਿਹਾ ਪਰ ਐਵੇਂ ਜਾਨਵਰ ਨੂੰ ਦੇਖ ਕੇ ਕਰਿਆ ਕਰੋ ਨਾ, ਜਿਹੜੇ ਬੰਦੇ ਨੂੰ ਜਾਨਵਰ ਦੀ ਨੌਲੇਜ ਉਤਰੇ 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 ਉਹ ਵੀ ਕਮੈਂਟ ਕਰਨ ਬਹਿ ਜਾਂਦਾ। ਹੁਣ ਤੁਸੀਂ ਆਹ ਝੋਟੀ ਦਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿੰਨਾ ਕੁ ਦੁੱਧ ਦੇ ਸਕਦੀ ਇਹ ਝੋਟੀ, 4-5 ਲੀਟਰ ਬੋਲਾ ਕੱਢਿਆ ਹੋਇਆ ਜੇ ਆਪਾਂ ਕਹੀਏ ਵੀ ਸਾਫ਼ ਹੈ ਬੋਲੇ 'ਚੋਂ, ਉਹ ਗੱਲ ਵੀ ਗਲਤ ਹੋਊਗੀ, ਕੱਲ੍ਹ ਦੀ ਸੂਈ ਵੀ ਹੈ। ਝੋਟੀ ਦਾ ਪਿੱਠ ਪੁੜਾ ਦੇਖ ਲਓ, ਸਿੰਘ ਸੁੰਘ ਦੇਖ ਲਓ, ਓਕੇ ਆ। ਬਾਕੀ ਜੀ ਰੇਟ ਰੂਟ ਹੋ ਜਾਂਦੇ ਹੁੰਦੇ ਨੇ, ਆਪਾਂ ਤਾਂ ਇਹੀ ਗੱਲ ਕਹਾਂਗੇ ਬਈ ਇੰਨੇ ਜਾਨਵਰ ਇਕੱਠੇ ਉਹ ਵੀ ਆਸਲ ਲੈਣੇ, ਇਹ ਵੀ ਇੱਕ ਤਰ੍ਹਾਂ ਦੀ ਖਾਲਾ ਜੀ ਦਾ ਵਾੜਾ ਨਹੀਂ, ਪੈਸੇ ਲੱਗ ਜਾਂਦੇ ਹੁੰਦੇ ਨੇ ਚੀਜ਼ਾਂ ਨੂੰ ਇਹੀ ਜਿਹਾ ਨੂੰ, ਉਹ ਗੱਲ ਅਲੱਗ ਹੈ, ਪਰ ਚੀਜ਼ ਦੀ ਚੋਣ ਕਰਨੀ ਇਹੀ ਜੀ ਉਹ ਵੀ ਮੁਸ਼ਕਲ ਹੋ ਜਾਂਦਾ ਕੰਮ। ਬਾਕੀ ਬਾਡੀ ਬੂਡੀ ਦੇਖ ਲਓ, ਅਤੇ ਮੈਂ ਨਾ ਪਿੱਠ ਪੁੜਾ ਦੇਖ ਲਓ ਜੀ ਪੂਰਾ, ਹੈ ਨਾ ਚੜਾਈ ਚੜੂਈ ਸੰਧੂ ਕਹਿਣ ਦੀਆਂ ਗੱਲਾਂ ਨੀ, ਜਿਹਦੇ ਆਪਣੀਆਂ ਮੱਝਾਂ ਗਈਆਂ ਨੇ ਉਹ ਬੰਦਾ ਆਪਣੇ ਮੂੰਹ ਨਾਲ ਕਹਿ ਦਿੰਦਾ ਵੀ ਬਕਾਇਦਾ, ਯਾਰ ਆਪਾਂ 14 ਕਿਲੋ ਕਹਿ ਦਿੰਦਾ ਆਪਣੀ ਮੈਂ 14 ਦੇਊਗੀ ਬਾਈ। ਨਾ ਨਾ ਇੱਕ ਡੱਲੇ ਸੱਜਣ ਦੀ ਵੀਡੀਓ ਕਰਨ ਗਏ ਬਾਈ, ਉਹ ਕਹਿੰਦੇ ਨੇ ਬਾਈ ਹੋਰ ਬਥੇਰੇ ਨੇ ਮਾਨਸ, ਆਪਾਂ ਮੱਝਾਂ ਚਵਾ ਦਾਂਗੇ ਜੇ ਕਿਸੇ ਵੀਰ ਦੀ, ਮੈਂ ਕਮੈਂਟ ਕਰਨ ਵਾਲਾ ਨੂੰ ਆਪਣੀ ਖੁੱਲ ਕੀ ਚੈਲੰਜ ਵਾਲਾ ਕੰਮ ਹੀ ਆ, ਆਪਣੀਆਂ ਮੱਝਾਂ ਦਿੱਤੀਆਂ ਹੋਈਆਂ ਨੇ ਮਾਨਸਾ। ਅੱਛਾ ਜੀ, 2 ਮੱਝਾਂ ਦਿੱਤੀਆਂ ਹੋਈਆਂ ਨੇ, ਇਸ ਟਾਈਮ 18 ਤੋਂ 19 ਕਿਲੋ ਤਿਆਰ ਆ ਪਹਿਲਾਂ ਝੋਟੀਆਂ ਥੱਲੇ। ਠੀਕ ਹੈ ਜੀ, ਜੇ ਕਿਸੇ ਨੇ ਬਹਿਮ ਕੱਢਣਾ ਲੈਬ ਚਵਾ ਕੇ ਆਉਂਗਾ ਬਾਈ, ਜਿੰਨਾ ਆਪਾਂ ਮਾਲ ਵੇਚਿਆ 19 ਲੀਟਰ ਪਹਿਲਾਂ ਥੱਲੇ ਬਾਈ। ਹੁਣ ਤੁਸੀਂ ਇੱਕ ਬੇਨਤੀ ਆ ਬਸ, ਤੁਸੀਂ ਵੀਡੀਓ ਨੂੰ ਇੱਥੇ ਹੀ ਨਾ ਕੱਟ ਦਿਓ, ਐਂਡ ਤੱਕ ਜਾਇਓ, 1-2 ਟੌਪ ਨਗੀਨਾ, ਕਿਉਂਕਿ ਅੱਜ ਵੀਡੀਓ ਲੰਬੀ ਹੋਣ ਵਾਲੀ ਹੈ ਥੋੜ੍ਹੀ ਜੀ। ਲੈ ਤੋੜ ਦੇ ਬਾਈ, ਤੋੜ ਕੇ ਦਿਖਾ ਦਿਆ ਕਰ, ਬਸ ਲਾਸਟ ਤੱਕ ਬਣੇ ਰਹੋ ਤੁਸੀਂ। ਮੱਝਾਂ ਯਾਰ ਲੈਣੀ ਤਾਂ ਦੂਰ ਦੇ ਉਹੀ ਗੱਲ ਹੈ, ਲੈਣੀ ਕਰਨੀ ਤਾਂ ਕੋਈ ਗੱਲ ਨਹੀਂ, ਇੱਕ ਤਰ੍ਹਾਂ ਆਪਾਂ ਥੋੜ੍ਹੇ ਸ਼ੌਂਕ ਏ ਪੈਦਾ ਕਰਨਾ ਵਾ ਇਹੋ ਜਿਹੀਆਂ ਚੀਜ਼ਾਂ ਦਾ, ਕੋਈ ਗੱਲ ਨਹੀਂ ਅੱਜ ਨਹੀਂ ਲਓਗੇ ਤਾਂ 2 ਮਹੀਨਿਆਂ ਨੂੰ ਲੈ ਲਓਗੇ, ਪਰ ਚੰਗੀ ਖਰੀਦ ਕਰਨੀ ਆਪਾਂ ਨੇ, ਕੋਈ ਗੱਲ ਨਹੀਂ, ਚੰਗੇ ਪਸ਼ੂ ਰੱਖਣ ਦਾ। ਮੋੜ ਲਿਓ ਜੀ, ਮੋੜ ਲਿਓ, ਲੈ ਸੱਜਣਾ ਹੁਣ ਤੁਸੀਂ ਆਹ ਦੂਜੇ ਨੰਬਰ ਵਾਲੀ ਵੀ ਦੇਖ ਲਓ, ਦੁੱਧ ਤੇ ਸੋਚ ਤੋਂ ਹੀ ਪੁੱਛਾਂਗੇ ਅੱਜ, ਉਹੀ ਗੱਲ ਹੈ।
ਵਿੱਚ ਤੁਸੀਂ ਵੀ ਦੱਸਣਾ ਵੀ ਆਹ ਇੰਨਾ ਕੁ ਦੁੱਧ ਕੱਢੂਗਾ ਇੰਨਾ ਕੁ ਮੈਂ ਪ੍ਰਦੀਪ ਇਹ ਬਈ ਆਪਾਂ ਨੂੰ ਨਾ ਝੂਠ ਬੋਲਣ ਦੀ ਲੋੜ ਆ ਨਾ ਆਪਾਂ ਨੂੰ ਜ਼ਰੂਰਤ ਹੈ ਨੀ ਗੀ ਜਿਹੜੇ ਜਾਨਵਰ ਨੇ ਜਿੰਨਾ ਦੁੱਧ ਦੇਣਾ ਹਰੇਕ ਬੰਦੇ ਦੇ ਦਿਮਾਗ ਆ ਬਈ ਇੱਕ ਗੱਲ ਤੇਰੀ ਗੱਲ ਵਿਚਾਲੇ ਆ ਬਈ ਇੱਕ ਗੱਲ ਮੈਂ ਹੋਰ ਕਹਿਣਾ ਚਾਹੂੰਗਾ ਅੱਜ ਮੈਂ ਬਕਾਇਦਾ ਪ੍ਰਦੀਪ ਨੂੰ ਵੀ ਕਹੀ ਇਹ ਗੱਲ ਮਹਾ ਆਪਾਂ ਝੋਟੀਆਂ ਬਿਲਕੁਲ ਸਾਫ਼ ਦਿਖਾਉਣੀਆਂ ਨੇ ਬਈ ਹੁਣ ਦੇਖੋ ਸਵੇਰ ਦੀ ਚਵਾਈ ਕਰੀ ਹੋਈ ਆ ਆਪਾਂ 9-10 ਇਹਦਾ ਗੱਬਣ ਹੈ 9-10 ਵਜੇ ਆਪਾਂ ਵੀਡੀਓ ਬਣਾ ਰਹੇ ਹਾਂ ਜਮੀ ਖਾਲੀ ਦਿਖਾ ਰਹੇ ਹਾਂ ਤੁਹਾਨੂੰ ਮੱਝਾਂ ਅੱਜ ਉਹ ਵਿੱਚ ਬਾਈ ਕਹਿੰਦੇ ਨੇ ਏਕੜ ਛੱਡੀਆਂ ਤਾਂ ਛੱਡੀਆਂ ਬਾਜ਼ਾਰ ਵਾਲਾ ਕੰਮ ਨਹੀਂ ਹੋਊਗਾ ਬਈ ਅੱਜ ਇਹ ਆਪਾਂ ਬਕਾਇਦਾ ਆਪਾਂ ਵੀਰ ਨੂੰ ਕਹਿ ਕੇ ਆਏ ਹਾਂ ਆਪਾਂ ਵੀਡੀਓ 10 ਵਜੇ ਬਣਾਵਾਂਗੇ ਖਾਲੀ ਦਿਖਾਵਾਂਗੇ ਕਿਉਂਕਿ ਖਾਲੀ ਪਸ਼ੂ ਦੇਖਣ ਦਾ ਅਲੱਗ ਮਜ਼ਾ ਹੈ ਤੇ ਭਰੀ ਹੋਈ ਦਾ ਅਲੱਗ ਮਜ਼ਾ ਲੈ ਇਹਦੀ ਪ੍ਰਦੀਪ ਕੀ ਡਿਟੇਲ ਹੈ ਬਈ ਡਿਟੇਲ ਬਾਈ ਇਹਨੇ ਝੋਟੀ ਨੇ 16 ਕਿਲੋ ਦੁੱਧ ਦਿੱਤਾ ਗਾ ਅੱਛਾ ਪਹਿਲਾਂ ਨੇ ਦੂਜੇ ਸੂਏ ਉਹਨੇ ਵੀ ਮੰਨ ਕੇ 16-17 ਕਿਲੋ ਦੁੱਧ ਉਹਦਾ ਦਿੱਤਾ ਹੋਇਆ ਗਾ ਅੱਛਾ ਮੰਨ ਕੇ ਜੇ ਵਧੀਆ ਕੇਅਰ ਵਾਲਾ ਬੰਦਾ ਤਾਂ 20 ਕਿਲੋ ਦੁੱਧ ਦੇ ਵੀ 18-17 ਤੋਂ ਟੁੱਟਦੀ ਨਾ ਦੱਸ ਵੀ ਉਹੀ ਗੱਲ ਹੈ ਬਈ ਦੱਸਦੀ ਹੈ ਬਨਾਵਟ ਵੀ ਚੰਗੀ ਆ ਕਹਿੰਦੀ ਤੇ ਗਾੜੀ ਪਿਛਾੜੀ ਵੀ ਚੰਗੀ ਆ ਲੇਵਾ ਨਸਲ ਨਾ ਬਈ ਇਹ ਕਿਹੜਾ ਦੂਜੀਆਂ ਨੇ ਨਸਲ ਵਾਲੀਆਂ ਜਾਤ ਵਾਲੀਆਂ ਚੀਜ਼ਾਂ ਨਾ ਅੱਗੇ ਪਿੱਛੇ ਦਾ ਲੇਵਾ ਤੁਸੀਂ ਆਪ ਦੇਖ ਲਓ ਜੀ ਸੂਰ ਨੂੰ ਟੱਚ ਕਰਦਾ ਜਾਂਦਾ ਹਜੇ ਤਾਂ ਹਜੇ ਕੱਢਦੀ ਆ ਦਿਨ ਹਨਾ ਹਫਤਾ ਕਰ ਰਹਿੰਦਾ ਬਈ ਕਈ ਵਾਰ ਰਾਤ ਆਇਆ ਮਾਲ ਸਫਰ ਚੋਂ ਕੋਈ 2-4 ਦਿਨ ਪਹਿਲਾਂ ਸੂ ਵੀ ਸਕਦੀ ਹੈ ਠੀਕ ਹੈ ਠੀਕ ਹੈ ਇਹ ਸੂਣ ਵਾਲੀ ਹੈ ਜੀ ਲੈ ਖੜੀ ਕਰ ਦੇ ਬਈ ਲਾ ਸਾਰੀਆਂ ਸੱਜਣਾ ਆ ਜਾਓ ਹੁਣ ਆਪਾਂ ਤੀਜੇ ਨੰਬਰ ਤੇ ਆ ਹਜੇ ਤਾਂ ਤੀਜੇ ਤੇ ਆ 20 ਤੇ ਜਾਵਾਂਗੇ ਦੇਖ ਲਓ ਕੀ ਉਦੋਂ ਦੇਖ ਲਓ ਖਾਲੀ ਆ ਬਈ ਹੁਣ ਵਿੱਚ ਵੀਰ ਕਹਿੰਦੇ ਨੇ ਥਾਣਾ ਆਪਾਂ ਸਮਾਏ ਪਏ ਹੁੰਦੇ ਆ ਜਨਾ ਨਾ ਨਾ ਖਾਲੀ ਬਈ ਖਾਲੀ ਸਵੇਰ ਦਾ ਟਾਈਮ ਵੀਡੀਓ ਬਣਾ ਰਹੇ ਆ ਬਈ ਦੇਖ ਲਓ ਖਾਲੀ ਨੇ ਥਾਣਾ ਚੋਂ ਜਮੀ ਉਹ ਕੰਮ ਨਹੀਂ ਹੈਗਾ ਅੱਜ ਜਮੀ ਸਾਫ਼ ਸੁਥਰਾ ਕੰਮ ਕਰਕੇ ਦਿਖਾਉਣਾ ਤੁਹਾਨੂੰ ਰੇਟ ਹੋ ਯਾਰ ਕਿਹੀ ਗੱਲ ਨਹੀਂ ਦੁੱਧ ਇੱਥੋਂ ਆਪਦਾ ਜਿੰਨਾ ਕਹੂਗਾ ਪ੍ਰਦੀਪ ਬਾਈ ਚੋ ਕੇ ਲੈ ਜਾਓ ਕੋਈ ਚੱਕਰ ਨਹੀਂ ਤੇ ਇਹ ਪ੍ਰਦੀਪ ਬਾਈ ਇਹਦੇ ਥੱਲੇ ਬਾਈ ਇਹ ਪਰਸੋਂ ਦੀ ਸੂਈ ਹੋਈ ਆ ਇਸ ਟਾਈਮ 12 ਕਿਲੋ ਜਮਾ ਨੈਟ ਇਹਦੇ ਥੱਲੇ ਬੋਲਾ ਰੈਡੀ ਆ ਅੱਛਾ ਤੋੜ ਕੇ ਦਿਖਾ ਦੇ ਬਸ ਤੋੜ ਕੇ ਦੀ ਜ਼ਰੂਰ ਖੇਚਲਾ ਕਰਾਵਾਂਗੇ ਕਿਉਂਕਿ ਤੋਰੇ ਬਿਨਾ ਮਹਿੰਦੀ ਜੱਜਮੈਂਟ ਨਹੀਂ ਹੁੰਦੀ ਸੱਜਣਾ ਤੋੜ ਕੇ ਤੇ ਪਸ਼ੂ ਦਾ ਹੋਰ ਪਤਾ ਲੱਗ ਜਾਂਦਾ ਵੀ ਕੀ ਗੱਲਬਾਤ ਹੈ ਲੈ ਹੁਣ ਤੁਸੀਂ ਆਪ ਦੇਖ ਲਓ ਨਾ ਨਾ ਠੀਕ ਹੈ ਜਿਸ ਵੀ ਕਿਸੇ ਸੱਜਣ ਨੇ ਬਾਈ ਪਸ਼ੂ ਖਰੀਦਣਾ ਹੈ 20 ਪਸ਼ੂਆਂ ਚੋਂ ਦੇਖੋ ਇੱਕ ਅੱਧੀ ਤਾਂ ਆਪਣੇ ਮਨ ਨੂੰ ਜਾਚਦੀ ਹੈ ਓਏ ਲੋਹਾ ਖੇੜਾ ਪਿੰਡ ਆਉਣਾ ਪਊਗਾ ਤੁਹਾਨੂੰ ਰੇਟ ਹੋ ਜਾਣਗੇ ਇਹੋ ਜਿਹੇ ਕੋਈ ਬਾਹਰੇ ਰੇਟ ਬਈ ਹੈਗੇ ਆਪਾਂ ਬਕਾਇਦਾ ਪੁੱਛ ਵੀ ਲਵਾਂਗੇ ਬਾਈ ਤੋਂ ਚੌਥੇ ਨੰਬਰ ਵਾਲੀ ਦਿਖਾ ਦਿਓ ਜਮੀ ਛੱਲੇ ਵਾਲਾ ਸਿੰਘ ਹੈ ਝੋਟੀ ਨੂੰ ਪਹਿਲੇ ਇਹਨੂੰ ਤੋੜ ਦੇ ਬਾਈ ਇਹ ਦੰਦਾਂ ਜੋ ਕਿਵੇਂ ਆ ਪ੍ਰਦੀਪ ਬਾਈ ਬਾਈ ਚੈੱਕ ਕਰ ਲੈਨੇ ਆ ਮੂੰਹ ਟੱਡੀ ਜਾਂਦੀ ਆ ਪਹਿਲਾਂ ਕੱਟੀ ਹੈਗੀ ਇਹ ਹਾਂ ਹਾਂ ਚੈੱਕ ਕਰ ਲਓ ਛਿੱਗੀ ਹੈ ਛਿੱਗੀ ਹੈ ਛਿੱਗੀ ਹੈ ਤੋੜ ਦੇ ਬਾਈ ਜਿਹੜੀ ਗੱਲ ਹੋਊਗੀ ਬਾਈ ਉਹ ਕਲੀਅਰ ਹੋਊਗੀ ਇਹੋ ਜਿਹੀ ਗੱਲ ਨਹੀਂ ਜੇ ਆਪਾਂ ਕਹੀਏ ਤੁਹਾਨੂੰ ਵੀਡੀਓ 'ਚ ਦਿਖਾ ਦਈਏ ਕੁਛ ਹੋਰ ਨਿਕਲੇ ਕੁਛ ਹੋਰ ਉਹ ਗੱਲ ਦਾ ਫਾਇਦਾ ਨਹੀਂ ਹੈਗਾ ਦੇਖੋ ਜਿੰਨਾ ਦੁੱਧ ਕਹੇ ਤਾਂ ਤੁਹਾਨੂੰ ਦੁੱਧ ਮਿਲੂਗਾ ਜਿਹੜੀ ਚੀਜ਼ ਆ ਦੰਦਾਂ ਛਿੱਗੀ ਆ ਤਾਂ ਛਿੱਗੀ ਹੀ ਮਿਲੂਗੀ ਪਿੱਠ ਪੁੜੇ ਦੀ ਤੁਸੀਂ ਆਪ ਦੇਖ ਲਓ ਕੀ ਗੱਲਬਾਤ ਹੈ ਝੋਟੀ ਸਾਰੇ ਪਾਸੇ ਹੋ ਗਿਆ ਬਾਕੀ ਝੋਟੀ ਦਾ ਰੰਗ ਬਰਨ ਜਿਹੜਾ ਚਮੜੀ ਚੁਮੜੀ ਚੰਗੀ ਆ ਪ੍ਰਦੀਪ ਇਹਦੇ ਥੱਲੇ ਦੁੱਧ ਕਿੰਨਾ ਤਿਆਰ ਆ ਬਾਈ ਹੋਏ 12-13 ਕਿਲੋ ਖੁੱਲਾ ਹੋ ਬਾਈ ਹੁਣ ਅੱਛਾ ਥੋੜਾ ਹੀ ਆ ਮੰਨ ਕੇ ਪਰਸੋਂ ਹੀ ਸੂਈ ਆ ਬਾਈ ਇਹ ਅੱਛਾ ਠੀਕ ਹੈ ਏਖਣ ਨੀ ਛੱਡਣੀਆਂ ਜਿਹੜਾ ਦੁੱਧ ਬਾਈ ਨੇ ਕਹਿਤਾ ਚੋਰ ਬਕਾਏ ਦਾ ਤਸੱਲੀ ਕਰਕੇ ਮਿਲੂਗਾ ਤੇ ਬੱਚੇ ਜਿਹੜੀ ਮਗਰ ਕੱਟੀ ਹੋਊਗੀ ਇਹਦੇ ਮਗਰ ਕੱਟੀ ਹੈ ਜੀ ਲੈ ਇਹਦੇ ਮਗਰ ਕੱਟੀ ਵੀ ਹੈ ਸੱਜਣਾ ਪਹਿਲੇ ਸੂਏ ਦੀ ਝੋਟੀ ਆ ਲੈ ਪੰਜਵੇਂ ਨੰਬਰ ਤੇ ਆ ਜਾਈਏ ਸਾਨੂੰ ਪੰਜਵੇਂ ਨੰਬਰ ਤੇ ਦਿਖਾਉਂਦੇ ਉਹ ਇੱਕ ਜਾਨਵਰ ਹੋਰ ਚੰਗਾ ਚੰਗੇ ਥਣ ਥਨੋਟ ਦਾ ਲੈ ਇਹਨੂੰ ਵੀ ਤੋੜ ਦੇ ਬਾਈ ਤੋਰੀ ਮੇਰਾ ਕੁੱਤਰ ਤੋਰੀ ਜਾ ਕੇ ਮੁੰਡਿਆ ਲੈ ਕੱਪੜਿਆਂ ਤੋਂ ਬਾਹਰ ਹੋ ਰਿਹਾ ਕੰਮ ਵਪਾਰ ਦਾ ਕੰਮ ਕੋਈ ਸੌਖੀ ਗੱਲਬਾਤ ਨਹੀਂ ਜਿਵੇਂ ਇੰਨੇ ਪਸ਼ੂ ਸਾਹਮਣੇ ਸੰਭਾਲ ਜਿਵੇਂ ਬਈਏ ਵੀ ਰੱਖੇ ਹੋਏ ਨੇ 4-5 ਫੇਰ ਵੀ ਆਪਦਾ ਇਹ ਚੌਕੀ ਹੈ ਵੀ ਪਹਿਲਾਂ ਕੱਟੀ ਹੈ ਵੀਰੇ ਇਹ ਅੱਛਾ ਕਲੂਨ ਛੋਟੀ ਦੰਦਾਂ ਦੇ ਚਾਰ ਦੰਦ ਹੈ ਚੌਕੀ ਹੈ ਜੀ ਸਰੀਰ ਦੀ ਤੁਸੀਂ ਦੇਖ ਲਓ ਕਿੰਨੀ ਚ ਸ਼ਾਨਦਾਰ ਹੈ
ਬਾਕੀ ਟੈਗ ਟੂਗ ਵੀ ਲੱਗੇ ਹੋਏ ਨੇ ਜੇ ਬਾਈ ਕਹਿਣਗੇ ਗੱਲਾਂ ਨੇ ਸਰਚ ਮਾਰ ਕੇ ਦੇਖ ਲੈ ਵੀ ਜੇ ਕੋਈ ਬੰਦਾ ਕਹੇ ਵੀ ਹਰਿਆਣੇ ਚੋਂ ਕਿ ਟੈਗ ਦੇ ਸਰਚ ਮਾਰ ਕੇ ਦੇਖ ਲੋ ਜੀ ਕਿੱਥੋਂ ਆਇਆ ਸਾਰੇ ਦੀ ਝੋਟੀ ਆ ਬਾਈ ਇਹ ਜਿੱਥੋਂ ਮਰਜੀ ਟੈਗ ਲੱਗਿਆ ਉਹਦਾ ਕੱਢ ਕੇ ਦੇਖ ਲੈ ਅੱਛਾ ਅੱਛਾ ਆਪਾਂ ਕੋਈ ਬਹਿ ਨਹੀਂ ਬਾਈ ਆਪਾਂ ਜੋ ਕੰਮ ਇੱਕ ਨੰਬਰ ਦਾ ਕਰਨਾਗਾ ਨਾ ਨਾ ਠੀਕ ਹੈ ਇਹ ਬਾਈ 10 ਦਿਨਾਂ ਦੀ ਸੂਈ ਹੋਈ ਆ ਹੈਪੀ ਦੁੱਧ ਆਪਾਂ ਨੇ ਲਈ ਸੀ ਉੱਥੋਂ ਇਹ ਮੰਨ ਕੇ 14 ਕਿਲੋ ਚੁੱਕ ਕੇ ਲਈ ਆ ਵੀ ਕਈ ਵਾਰ ਸਫਰ ਕਰਕੇ ਘਟ ਜੇ ਪਰ ਵੀ ਆਪਾਂ ਹੁਣ 12 13 ਕਿਲੋ ਚੁਆ ਕੇ ਦੇ ਦਿੰਦੇ 12 ਕਿਲੋ ਦੇ ਮੰਗਿਆ ਹਾਂ ਵੀ ਕਈ ਵਾਰ ਐ ਹੁੰਦਾ ਘਟ ਦੱਸੇ ਦਾ ਹੋਰ ਬਾਈ ਸਫਰ ਜੋ ਉੱਥੇ 14 ਕਿਲੋ ਚੁੱਕ ਕੇ ਲਈ ਆ ਇਹ ਠੀਕ ਹੈ ਠੀਕ ਹੈ ਵੀ ਕਈ ਵਾਰ ਪਸ਼ੂ ਨੂੰ ਘਟ ਦੇ ਦਿੰਦਾ ਤੇ ਇਹਦੇ ਥੱਲੇ ਜੀ 12 ਕਿਲੋ ਦੁੱਧ ਮਿਲੂਗਾ ਉਹਨੂੰ ਪਹਿਲਣ 4 ਦੰਦ ਥੱਲੇ ਹੈ ਦੁੱਧ ਬਾਈ 15 16 ਕਿਲੋ ਦੇ ਨੂੰ ਨਾਰਮਲ ਤੇ ਹੁਣ ਆਪਾਂ ਮੈਨੂੰ ਲੱਗਦਾ 6ਵੇਂ ਨੰਬਰ ਤੇ ਆ ਗਏ ਹਨਾ ਲੈ ਆ ਦੇਖੋ ਇਹ ਦੇਖੀ ਇਹ ਮੈਨੂੰ ਗੱਬਣ ਲੱਗ ਗਿਆ ਮੈਨੂੰ ਤਾਂ ਬਣਾ ਬਈ ਹੈਗੀ ਪਲੂਣਾ ਵੀ ਆਪਾਂ ਨੂੰ ਸਾਰਾ ਕੁਝ ਦਿੰਦੇ ਆ ਸਾਹਮਣੇ ਵੱਡੀ ਬਹੁਤ ਹੈ ਵੱਡੀ ਬਹੁਤ ਹੈ 6 ਦੰਦ ਆ ਇਹ ਕਈ ਵਾਰ ਵੀਰ ਕਹਿ ਜਾਂਦਾ ਵੀ ਮਾੜਾ ਜਿਹਾ ਲਵੇ ਦੇਖੀ ਆਪਾਂ ਕਹਿੰਦੇ ਵੀ 2 ਦੰਦ ਆ ਜਾਂ 4 ਦੰਦ ਆ ਮੋਢੇ ਨਾਲ ਮੋਢਾ ਜਿਹਾ ਲਾ ਦੇਖ ਵੱਡੀ ਬਹੁਤ ਹੈ ਜੀ ਜੇ ਪਹਿਲਣ 6 ਦੰਦ ਹੈ ਹੈ ਠੀਕ ਹੀ ਆ ਸੂ ਵੀ ਪਹਿਲਣ ਹੈਗੀ 6 ਦੰਦ ਆ ਹਾਂ ਹਾਂ ਗਲਤ ਗੱਲ ਕਰਨਾ ਕੋਈ ਫਾਇਦਾ ਨਹੀਂ ਸਿੰਘ ਮੂੰਹ ਦੀ ਵੀ ਓਕੇ ਯਾਰ ਰਿਪੋਰਟ ਇਹੀ ਗੱਲ ਨਹੀਂ ਤੋੜ ਦੇ ਬਾਈ ਵੇਚਣੀਆਂ ਦਾ ਬਾਈ ਦੂਰ ਦੀ ਗੱਲ ਇਹੀ ਆ ਚੀਜ਼ਾਂ ਇਕੱਠੀਆਂ ਕਰਨਾ ਔਖਾ ਉਹ ਕੰਮ ਕਿਉਂਕਿ ਮੱਥਾ ਮਾਰਨਾ ਉਹੀ ਗੱਲ ਹੈ ਘਰੋਂ ਭਰੀ ਜਾ ਕੇ ਖਰੀਦਣੀਆਂ ਇੰਨੀਆਂ ਇਕੱਠੀਆਂ ਲੈਣਾ ਤੁਸੀਂ ਆਪ ਦੇਖ ਲਓ ਕਿੱਡੀ ਵੱਡੀ ਝੋਟੀ ਆ ਤੇ ਹਜੇ ਕੱਚੀ ਆ ਹਨਾ ਬਾਈ ਦੱਸ ਕਿੰਨਾ ਲੈਂਦੇ ਬਾਈ ਬਹੁਤ ਟੌਪ ਦੀ ਕੱਟੀ ਆ ਬਾਈ ਥਣ ਵੀ ਚੰਗਾ ਲੱਗਿਆ ਚੰਗੀ ਨਿਖਰੂ ਕੱਟੀ ਕਿਉਂਕਿ ਥੋੜ੍ਹਾ ਜਿਹਾ ਵੱਡੀ ਹੋ ਕੇ ਨਲੀਆ ਦੁੱਧ ਦੁੱਧੇ ਨੇ ਪਹਿਲੇ ਸੂਈ ਦੂਜਣ ਜਿੰਨਾ ਕਰ ਦੇਣਾ ਕਿਉਂਕਿ ਹੁਣ ਦੰਦਾਂ 'ਚ 6 ਦੰਦ ਹੋ ਗਈ ਉਹ ਗੱਲ ਨਹੀਂ ਹੈਗੀ ਜਿਹੜੀ ਗੱਲ ਹੋ ਗਈ ਉਹ ਬਾਈ ਇੱਥੇ ਆ ਕੇ ਅਗਲਾ ਦੰਦ ਪੱਟ ਲਿਆ ਅਗਲਾ ਕਹਿੰਦਾ ਤੁਸੀਂ ਚੌਕੀ ਕਹਿੰਦੇ ਸੀ ਗਲਤ ਗੱਲ ਦਾ ਕੋਈ ਫਾਇਦਾ ਨਹੀਂ ਬਾਈ ਉਹ ਜਿਹੜੀ ਆਪਾਂ ਛੋਟੀ ਕੱਟੀ ਉਸ ਦਾ ਲਾ ਲੈਣੇ ਜਿਵੇਂ ਉਹ ਕੱਦ ਨਹੀਂ ਕਰਦੀ ਨਹੀਂ ਕੱਦ ਕੱਦ ਵਾਲਾ ਵੀ ਤਾਂ ਅਸੀਂ ਤਾਂ ਕਰ ਦੇਣਾ ਹਲੇ ਤਾਂ ਦੇਖ ਰਹੇ ਬਾਈ ਪੱਟਣੀ ਸਟਾਰਟ ਕਰ ਲੈ ਬਾਦੇ ਇਧਰ ਹਾਂ ਬਰੀਕ 16-17 ਦਾ ਬਾਲ ਦਿਖਾ ਦੇ ਬਾਈ ਉਹ ਦੇਖੀਆਂ ਬਾਲ ਦਿਖਾ ਦੇ ਲੇਵੇ ਦੇ ਦੇਖੋ ਆਹ ਜਿਹੜੇ ਬਾਲ ਨੇ ਬਈ ਇਹ ਸਾਰੇ ਭਰਨੇ ਨੇ ਝੋਟੀ ਨੇ ਬਕਾਇਦਾ ਲੈ ਆ ਜਾ ਕੇ ਆ ਓਏ ਇਹਦਾ ਮੁੱਲ ਦੱਸ ਦੇ ਬਾਈ ਯਾਰ ਇੱਕ ਦਾ ਦੱਸ ਦੇ ਚੱਲ ਮੁੱਲ ਬਾਈ ਯਾਰ ਜੈ ਜੀ ਜੈ ਦੱਸ ਦੇਣਾ ਵੀਰੇ ਜਮਾ ਅੱਜ ਵਾਲਾ ਦੇ ਲੈਣਾ ਇਹ ਆਪਾਂ ਝੋਟੀ 140 ਦੀ ਦੇ ਦਾਂਗੇ 140 ਦੀ ਲੈ ਇਹ ਓਟ ਦੀ ਆ ਸੱਜਣੋ ਰੁਪਏ ਤਾਂ ਹੀ ਦਾ ਇਹ ਮੁੱਲ ਇਹਨੇ ਬਾਈ ਨੇ ਜੈ ਜੈ ਹੋਈ ਗੱਲ ਹੈ ਦੇਖੋ ਝੋਟੀ ਤੁਸੀਂ ਆਪ ਦੇਖ ਲਓ ਵੀ 1,40,000 ਦੀ ਜਿੱਤੇ ਸੂ ਪੀ ਇਹ ਝੋਟੀ ਕਿਹੜਾ ਲਵੇ ਲਾ ਦੂ ਆ ਜਾ ਕੇ ਆ ਜਾ ਦੂਜੇ ਸੂਏ ਆ ਬਾਟੀ ਦੀ ਇਹ ਵੀ ਚੰਗੀ ਆ ਦੇਖੋ ਚੰਗੇ ਸਰੀਰ ਦੀ ਆ ਦੁੱਧ ਵਾਲੀ ਕੁਆਲਿਟੀ ਆ ਇਹੀ ਜੀ ਗੱਲ ਨਹੀਂ ਮੋੜ ਦੇ ਬਈ ਸਿੰਘਾਂ ਸੰਗਾਂ ਦੀ ਦਿਖਾ ਦੇ ਇੱਕ ਵਾਰੀ ਨੇੜੇ ਤੋਂ ਪ੍ਰਦੀਪ ਇਹ ਕਿੰਨਾ ਕੁ ਦੁੱਧ ਕੱਢ ਦੂਗੀ ਬਾਈ ਇਹ ਬਾਈ 16-17 ਕਿਲੋ ਅੱਛਾ ਇਹ ਕਿੰਨੇ ਦੇ ਦਾਂਗੇ ਆਪਾਂ ਜੇ ਤੇਰੀ ਗੱਭਣੇ ਵਿਕਦੀ ਹੋਵੇ ਬਾਈ ਅੱਜ ਆਪਣੇ ਕੋਲ ਹੈਪੀ ਹੋਰ ਆ ਬਾਈ ਸਾਰੇ ਰੇਟ ਆਪਣੇ ਕੋਲ ਸਾਰੇ ਰੇਟ ਹੈਗੇ ਨੇ ਲੱਖ 5-10 ਵਾਲੇ ਵੀ ਹੈਗੇ ਨੇ ਇਹ 1,25,000 ਦੀ ਮਿਲੂਗੀ ਮੈਂ ਚੰਗੀ ਆ ਆਜਾ ਅੱਗੇ ਆਜਾ ਇਹ ਕਦੋਂ ਸੂਈ ਆ ਬਾਈ ਇਹਨੂੰ ਹੋ ਗਿਆ ਜਿਵੇਂ 4 ਦਿਨ ਅੱਛਾ 4 ਦਿਨ ਹੋ ਗਏ ਸੂਈ ਨੂੰ ਕਿੰਨਾ ਦੁੱਧ ਰੇੜੀ ਆ ਬਈ ਬੋਲੇ ਤਾਂ ਖਾਲਿਆ ਬਾਈ ਤਕਰੀਬਨ 10 ਕਿਲੋ ਹੋਊਗਾ 10 ਕਿੱਲੀ ਹਾਂ ਮਤਲਬ ਜਿੱਥੇ ਆਪਾਂ ਨੂੰ ਦੱਸਿਆਗਾ ਹਾਂ ਹਾਂ 15 ਤੋਂ 16 ਬਾਡੀ ਮੂਡੀ ਦੀ ਮੈਂ ਇਹ ਵੀ ਚੰਗੀ ਆ ਜੀ ਤੇ ਥਾਣ ਥਨੋਟ ਦੀ ਵੀ ਚੰਗੀ ਆ ਇਹ ਪ੍ਰਦੀਪ ਕਿੰਨੇ ਦੀ ਛੱਡ ਦਾਂਗੇ ਆਪਾਂ ਬਾਈ ਸਵਾ ਦੇ ਦਾਂਗੇ ਇਹ ਵੀ ਸਵਾ ਦੀ ਦੇ ਦਾਂਗੇ ਲੈ ਆਜੋ ਸੱਜਣਾ ਇੱਕ ਜੀ ਵੀ ਅੱਜ ਕੱਲ ਜਿਆਦਾ ਡਿਮਾਂਡ ਆ ਤੁਸੀਂ ਬਕਾਇਦਾ ਆਪਣੇ ਹਰਿਆਣੇ ਵਾਲੇ ਚੈਨਲਾਂ ਤੇ ਵੀਡੀਓ ਵੀ ਦੇਖਦੇ ਹੋਣੇ 6 ਮਹੀਨਿਆਂ ਦੀ ਗੱਬਣ ਇੱਕ ਵਾਰੀ ਤੁਸੀਂ ਸਿੰਘ ਦੇਖ ਲਓ ਬਕਾਇਦਾ ਤੁਸੀਂ ਆ ਕੇ ਚੈੱਕ ਕਰਾ ਕੇ ਲੈ ਜਿਓ
लांबा नी लेना अपने लंबा चेट कम करना ओही गल है कहाना नी किसी तो यही गल नी बाकी व्यापार चलता रहना बई क्योंकि मइया का कम है किसी माड़ी बागे माड़ा कह लगे चंकी लैन की कोशिश हरेक की चंकी होंगी छे महीने की कबल के जनवरी जेने सूना जेड़े महीने च झोटी ने सूना ना तुम आप अंदाजा ला लो भी उदो महीने च पशु का सूआ कि घट हों प्रदीप किन्ने दे देंगे बई आप जिदा पकाई जो रेट करवा जिन्ना मर्जी करवा ला घटी आप दे देंगे 65,000 खड़ी भी आ एक बाई कहना चल माल वाला आंदा रहा करके कहना मां थले अपने किलो दुद्ध हूं तैयार किने दुद्ध इस टाइम मन के अज सूई नू 20 दिन हो गए हूं 16 जमा नेट त्यार दंद चेक करावांगे ओरिजिनल दुग्गी कट्टी आ अच्छा इस टाइम 12 किलो दुध आ 10 दिन दी सुई अच्छा बच्चा बहुत पाले वांगुआ ने दो थन कहंदे सी बच्चे नु ओह ता कहंदे वी ए थले 7-8 किलो आ ठीक है जदों असीं ने सारी चोई आ फिर पता लगा बच्चा देखो किड्डा पाले बच्चे नु वध छड़ देने हां हुण 12 किलो हो बई ठीक है हां 14-15 किलो कट्टी दुध आ सारा चो लेना ना आपा सारा चो ने बई ना ना ठीक है तू ता नी बच्चे नु जा आपा ना चल जा से की कर खाली दिखाईया ने क्योंकि वीर सज्जन फिर मैसेज करते ने क्योंकि व्यापारियों का कम होता वो सवेरा सवेरे चोल देंगे ने कई बार पर इन आप वीर कहा अज आप खाली मइया दिखावे तो थले बई हूँ दुद्ध 12 किलो बई जो के दो डंग ले जाओ तुम चेक करा दें दंद भी दिखा दे चबाई चंकी थान चंगा बड़ी ना बड़ी पूरी तो ले देख ला बई गाइया का कम होंगे ठंडी दिखा दे दिखा दे उपर चक दे माड़ा समार दो ऐसी जी गल नहीं दो है बच्चा कट्टा कि कट्टी बई तो एदा रेट करेगा बई फोन से करेगा रेट बई जितना पकाई वाला रेट करवाना अच्छा गैलने बिच भी घट वादा 1-10 दी देवांगे अच्छा हां पक्की होरा बई टॉप दी चीज है बाकी गल है बई आपां तो देख 2-3 हज़ार मार्जिन दा कम हुंदागा ठीक है आपां जिहड़ी आ गई आपां उस हिसाब नाल देणा होणा इन्ना इन्ना माल बई जे अगला कहे आपां तैयार करके रुपये चंगे बटांगे ओह कम तां इन्हां दा वे है नहीं इन्हां ने अज ही बेच के दोबारा फिर चले जाणा उहदा कहणा फौजियां वांगू वे घरे रहण दी आदत नहीं हैगी हां बई हां ਇਹਦਾ 3-3 ਰਾਤਾਂ ਫਿਰ ਬਾਹਰ ਹੀ ਚੱਲਦਾ ਕੰਮ ਇਹ ਕੱਟੀ ਬਈ ਚੈੱਕ ਕਰ ਲਾ ਦੇਖੋ ਚੌਕ ਦੇ ਦੰਦ ਉਹ ਕਰਿਆ ਹਲੇ ਨੇ ਦਿਖਾਏ ਦਿਖਾਏ ਠੀਕ ਹੈ ਠੀਕ ਹੈ ਚੱਕ ਲੈ ਹੁਣ ਛਿੱਗਦੇ ਨੇ ਚੌਕ ਦੇ ਛੱਟ ਕੇ ਠੀਕ ਹੈ ਠੀਕ ਹੈ ਹਾਂ ਛਿੱਗੀ ਆ ਫਿਰ ਪਿਓਰ ਛਿੱਗੀ ਹੈ ਕਹਾਂਗੇ ਆਪਾਂ ਤਾਂ ਹਾਂ ਪਿਓਰ ਛਿੱਗੀ ਇਹਦੇ ਥੱਲੇ ਦੁੱਧ ਪ੍ਰਦੀਪ ਕਿੰਨਾ ਤਿਆਰ ਹੈ ਹੁਣ ਇਹ ਤਾਂ ਗੱਬਣਾ ਬਈ ਅੱਛਾ ਇਹ ਗੱਬਣਾ ਲੈਂਦੀ ਆ 10 ਦੇਣਾ ਇਹਨੇ 16-17 ਕਿਲੋ ਦੁੱਧ ਦਿੱਤਾ ਪਹਿਲਾਂ ਕੱਟੀ ਠੀਕ ਹੈ ਠੀਕ ਹੈ ਠੀਕ ਹੈ ਹਾਂ मार्केट भाई खरीद होंगी ना उस हिसाब न चलना पैंदा ते हुण सानू पती आ भी पहले दूजे खरीद के तैयार हुई उदन पता लगू जो आप कहने गां वाला कम ना ढिला बहुत ने है ना
चढ़ाई शॉर्ट जी वीडियो ने गावां मोड़ दे बई ले बाला ज्यादा प्रदीप किन्ने दी दे दांगे मुल नी मंगते जो सही कहता झोटी का एक पैंती कहता लख ला के खड़ देने लख दी बी हूं आपां नूं वी दिंदा ना ना ठीक है और रेट मंगना सज्जन अगले का हक हुंदा सोडा लाउणा हुंदा हक जिथे थोड़ी समझ आउंदी है हुण आपां जिहड़े रेट दसे ने भाई इह जायज रेट दसे ने वी बण के घटाउण वधाउण वाला काम नहीं कोई ओही गल है जे आपां यार किन्नी सही कह लईए फिर भी पता की कहूगा वी मोदा यार ने मुल करिया आह गल्लां हो जांदियां ने चंगे पशु नहीं मिलते जिहड़े सानू अज इको घरों खरीदण भी मिलणगे बाकी देखण भी मिलणगे नेड़े तेड़े वाले तां जरूर देख जो सज्जनो पिंड लोहा खेड़ा जिला संगरूर ले मोड़ दे भाई ते भी गब्बन है भाई हैं बस तैयारी ने भाई ये 5-4 दिन रहने ने इन्हें 17 किलो दूध दिता है छोटी ने अच्छा बाकी होरा भाई अपना जिदन बिच आपां कहगे वाला लेके पंजाब वाले वाला कहना हरियाणा दी आ अच्छा जी ओ काम नहीं वीरे सारीया मज्जां टैग ने जिथे मर्जी तसल्ली कर ले अपनी जिम्मेवारी जे अपनी ए मज्जां जिन्ने लगियां होई जे पंजाब दी अगला कह दे ठीक है ठीक है अपनी फुल गारंटी बाकी सज्जनो मैं भी समझा देना सानू जेड़ा मज्ज दे कन्न ते टैग लग्या होया हुंदा ना बकायदा तुसी ओते स्कैनर है हो तुसी सर्च कर सकदे हो भी केड़े एरिए दी मज्ज है इह कित्थों आई है सारी डिटेल निकले हुई है ਇਹੀ ਜੀ ਗੱਲ ਨਹੀਂ ਹੈਗੀ ਬਕਾਇਦਾ ਸਾਰੀ ਮਾਲ ਹਰਿਆਣੇ ਚੋਂ ਇਹ ਗੱਲ ਦੇ ਦਾ ਬਾਈ ਆਪਣਾ ਵਿੱਚ ਹਰਿਆਣਾ ਤਾਂ ਹੁਣ ਇਹਦਾ ਮੰਨ ਕੇ ਜੀਂਦ ਏਰੀਏ ਚ ਵਿੱਚ ਬਾਈ ਬਾਈ ਜੀਂਦ ਦਾ ਹੁਣ ਆਪਣੇ ਪੰਜਾਬ ਦਾ ਹੀ ਮਾਲ ਜਾਂਦਾ ਬਾਈ ਹਾਂ ਹਾਂ ਯਾਰ ਸਾਰਾ ਆਪਣੇ ਲੋਕਲ ਜ਼ਿਮੀਦਾਰਾਂ ਦਾ ਬਾਕੀ ਉਹਨਾਂ ਦੇ ਕੋਈ ਮਾਲ ਦਾ ਰਲਦਾ ਹੀ ਨਹੀਂ ਹੈਗਾ ਬਾਈ ਨਾ ਨਾ ਰਲਦਾ ਨਹੀਂ ਬਕਾਇਦਾ ਕਿੰਨਾ ਚਿਰ ਬਾਈਆਂ ਨੂੰ ਜਦੋਂ ਗਾਵਾਂ ਨੂੰ ਬਿਮਾਰੀ ਆਈ ਆ ਉਦੋਂ ਦਾ ਬਾਈ ਮੱਝਾਂ ਦਾ ਕੰਮ ਕਰ ਰਿਹਾ ਅਹੀ ਜੀ ਗੱਲ ਨਹੀਂ ਜਿਹੜੇ ਸੱਜਣਾ ਦੇ ਗਈਆਂ ਵੀ ਨੇ ਬਕਾਇਦਾ ਤੁਸੀਂ ਉਹਨਾਂ ਦੇ ਮੈਸੇਜ ਵੀ ਪੜ੍ਹੇ ਹੋਣੇ 18-18 20-20 ਲੀਟਰ ਦੁੱਧ ਦੇ ਰਹੀਆਂ ਨੇ ਉਹੀ ਗੱਲ ਹੈ ਪ੍ਰਦੀਪ ਜੀ ਕਹਿੰਦੇ ਆਪਾਂ ਨੇ ਚੰਗਾ ਮਾਲ ਦੇਣਾ ਲੋਕਾਂ ਨੂੰ ਉਹੀ ਗੱਲ ਆਪਾਂ ਨੇ ਲਾਭੇ ਨਹੀਂ ਲੈਣੇ ਜਿਹਦੇ ਘਰੇ ਜਾ ਕੇ 18 ਲੀਟਰ ਮੈਂ ਦੁੱਧ ਕੱਢ ਦੂਗੀ ਬਾਈ ਉਹ ਤਾਂ ਰਾਤ ਨੂੰ ਵੀ ਪ੍ਰਦੀਪ ਖਰੀਪੇ ਕਰੂ ਹੈ ਨਾ ਪ੍ਰਦੀਪ ਹਾਂ ਬਾਈ ਦਿੰਦੀਆਂ ਨੇ ਬਾਈ ਦੇਣ ਵਾਲੀ ਦਿਊਗੀ ਯਾਰ ਆਪਣੇ ਕਹਿਣ ਨਾਲ ਬੋਲਣ ਨਾਲ ਤਾਂ ਦੇਣਾ ਨਹੀਂ ਹੈ ਨਾ ਲੈ ਲੈ ਠੀਕ ਹੈ ਉਹ ਗੁਣ ਗਾਉਂਦਾ ਅਗਲਾ ਜਦੋਂ ਚੀਜ਼ ਦਿੰਦੀ ਹੈ ਇਹ ਬਾਈ ਇਹਦੀ ਵੀਡੀਓ ਦਿਖਾ ਦਿੰਦੇ ਆਪਾਂ ਅੱਛਾ ਭਰੀ ਹੋਈ ਵੀ ਵਿੱਚ ਬਾਈ ਕਹਿੰਦੇ ਨੇ ਜਿਵੇਂ ਉਹਨੇ ਖਾਲੀ ਕੀਤੀ ਹੋਈ ਆ ਠੀਕ ਹੈ ਠੀਕ ਆ ਦੂਜਾ ਸੂਆ ਸੂਈ ਆ ਕੱਲ ਦੀ ਸੂਈ ਆ ਮਗਰ ਇਹਦੇ ਕੱਟੀ ਦੀ ਵੀਡੀਓ ਦਿਖਾ ਤੇ ਉਹ ਮੈਨੂੰ ਲਗਾ ਮੈਂ ਵਿੱਚ ਚਲਾ ਲਵਾਂ ਆ ਯਾਰ ਵਿੱਚ ਲਾ ਹਾਂ ਮੈਨੂੰ ਦੇ ਦੇ ਉਹਨੂੰ ਇੱਧਰ ਬੰਨ ਪਤਾ ਬਾਂਦੇ ਬਾਂਦੇ ਬਾਈ ਮਗਰ ਇਹਦੇ ਕੱਟੀ ਆ ਬਾਈ ਅੱਛਾ ਬੋਲੇ ਚੋਂ ਖਾਲੀ ਆ ਅੱਛਾ ਅੱਛਾ ਸਵਾਈ ਦਾ ਤੇ ਇਹ ਇਹਦੇ ਥੱਲੇ ਹੁਣ ਬੋਲੇ ਚੋਂ ਖਾਲੀ ਆ चमक चमक दिखा दे मगर कि चंगी आ मेन डंगर बोले जो साफ है बोले जो साफ डंगर कई बार थोड़ा जा घट भरदा हुंदा रेट इहदा प्रदीप बई रेट बई
बिना पकाई रेट करके 1,15,000 रुपए की झुट्टी मान तान मौके से जरूर कर देंगे भी कई बार बाई कहना पता नहीं जमा किराया भाड़ा छड़ देंगे किराया भाड़ा छड़ देंगे रेट अज पता की गल है भाई रेट अज मैं बकायदा पहले भी क्लास लाई है तू पहला मां रेट प्रदीप होने करी वो जिन्हें देने भाई की करिए फिर एक है ना भाई के ना मुल नहीं लाऊं दे वो रेट करना पैंदा है ता चक्कर पै जांदा है ला ए मैं मारे दा ए भाई तीजा सूरज अच्छा हां ਉਹਦੇ ਚੋਂ ਖਾਲੀ ਹੈ ਅੱਛਾ ਜੀ ਇਹਨੇ ਮੰਨ ਕੇ ਜਿੱਥੋਂ ਆਪਾਂ ਲਈ ਆ ਉਹਨਾਂ ਨੇ ਇਹਦਾ 16 ਤੋਂ 17 ਕਿਲੋ ਦੁੱਧ ਦੱਸਿਆ ਆਪਾਂ ਨੂੰ ਠੀਕ ਹੈ 24 ਰੂ ਵਰਗੀ ਪੋਲੀਆ ਮੰਗ ਰਹੇ ਦੇ ਕੱਟਾਂਗੇ ਠੀਕ ਹੈ ਜੀ ਪਰਸੋਂ ਸਵੇਰ ਦੀ ਇਹ ਸੂਈ ਹੈ ਜਦੋਂ ਅਸੀਂ ਪਰਸੋਂ ਗਏ ਆ ਉਦੋਂ ਦੀ ਸੂਈ ਵੀ ਠੀਕ ਹੈ ਜੀ ਤੇ ਇਹਦਾ ਹੁਣ ਕਿੰਨਾ ਕਰ ਦੂ ਰਿਕਾਰਡ ਕੇ ਰਿਕਾਰਡ ਤਾਂ ਬਾਈ ਜੀ ਆਪਣੇ ਕੋਲੇ ਰੁਕੀ ਆਪਾਂ 15 ਦਾ ਚਵਾ ਕੇ ਦੇ ਦਾਂਗੇ ਜਿਹੜੀ ਮਰਜ਼ੀ ਨਾ ਰੁਕ ਜੇ ਬਾਈ ਵਾਲਕ ਪਤਾ ਕੀ ਆ ਜੇ ਕਿਸੇ ਦੇ ਚੱਲ ਗਈਆਂ ਤਾਂ ਠੀਕ ਆ ਨਹੀਂ ਆਪਾਂ ਚਵਾ ਵੇਚਾਂਗੇ ਮਈਆਂ ਬਕਾਇਦਾ ਪਿਛਲੀ ਆਪਾਂ ਨੇ ਵੀਡੀਓ ਕਰੀ ਸੀ ਬਾਈ ਉਹ ਜੋ ਇੱਕ ਮੱਝ ਰਹਿ ਗਈ ਸੀਗੀ ਉਹ ਬਾਈ ਨੇ 18 ਕਿਲੋ ਦੁੱਧ ਤਿਆਰ ਕਰਕੇ ਫੇਰ ਵੇਚੀ ਸੀ ਕਿਉਂਕਿ ਸਾਰੀਆਂ ਤਾਜ਼ੀਆਂ ਸੂਈਆਂ ਹੁੰਦੀਆਂ ਨੇ ਮੱਝ ਦੁੱਧ ਆ ਕੇ ਦੁੱਧ ਤੇ ਆਉਂਦੀ ਆ ਘੱਟੋ ਘੱਟ 12-13 ਦਿਨਾਂ ਚ ਹਨ ਕੇ ਚੱਲ ਪਾ ਸਹੀ ਤਾਂ ਮੈਂ ਜਿਹੜੀ ਪਹਿਲਾਂ ਝੁੱਟੇ 20 ਦਿਨ ਲੈਂਦੀ ਆ ਉਹਨੂੰ ਅਗਲਾ ਅੱਧਾ ਦੁੱਧ ਦਾ ਪੀ ਜਾਂਦਾ ਬਾਈ ਠੀਕ ਹੈ ਠੀਕ ਹੁਣ ਆਪਾਂ ਕਿਵੇਂ ਲੈ ਲਾਂਗੇ ਹੁਣ ਜੇ ਆਪਣੇ ਕੋਲ ਅੱਜ ਤਾਜ਼ੀਆਂ ਨੇ ਆਪਣੇ ਕੋਲ 10 ਦਿਨ ਖੜ ਗਏ ਆਪਣੇ ਕੋਲ 10 ਦਿਨਾਂ ਦਾ ਬੱਚਾ ਲੱਗੂ ਹਾਂ ਹੁਣ ਜੇ ਪਹਿਲੇ ਹੀ 15 ਦਿਨਾਂ ਦੀ ਸੂਈ ਲਈ ਆਪਣੇ ਕੋਲ 25 ਦਿਨਾਂ ਦਾ ਹੋ ਜਾਂਦਾ ਹਾਂ ਇਹ ਚੱਕਰ ਪੈਂਦਾ ਫਿਰ ਫਰਕ ਪੈਂਦਾ ਬਾਕੀ ਕਿਸੇ ਵੀ ਵਪਾਰੀ ਦੇ ਬਾਈ ਤੁਸੀਂ ਪਸ਼ੂ ਖਰੀਦਦੇ ਹੋ ਉਹ ਥੋੜੀ ਸਮਝ ਕੰਮ ਕਰੂਗੀ ਬਾਈ ਵੀ ਇਹ ਕਿੰਨਾ ਦੁੱਧ ਕਰ ਸਕਦੀ ਹੈ ਇਹ ਕਿੰਨਾ ਕਿਉਂਕਿ ਤਿਆਰ ਕਰਾਉਣ ਦਾ ਟਾਈਮ ਕਿਸੇ ਕੋਲ ਨਹੀਂ ਹੁੰਦਾ ਹੈਗਾ ਇੰਨਾ ਕਿਉਂਕਿ ਤਿਆਰ ਇਹਨਾਂ ਨੇ ਕਰਾ ਕੇ ਵੇਚਣੀ ਆ ਫਿਰ ਇੰਨਾ ਮਾਲ ਨਹੀਂ ਵਿਕਦਾ ਫਿਰ ਹੁਣ ਪ੍ਰਦੀਪ ਫਿਰ ਕੀ ਸੋਚਿਆ ਵੀ ਅੱਗੇ ਇਹਨਾਂ ਨਾਲ ਵੀ 20 ਵੀ ਕਰਨ ਲੱਗ ਗਏ ਵੀ ਬਾਈ ਆਪਣਾ ਬਣੀ ਜਾਂਦਾ ਸੈੱਟ ਇਹਦਾ 100 ਤੇ ਜਾਊ ਫਿਰ ਸੂਈ ਨਹੀਂ ਆਪਾਂ 100 ਤਾਂ ਚਲੋ ਪ੍ਰਮਾਤਮਾ ਨੂੰ ਅੱਗੇ ਪਤਾ ਵੀ ਚਲੋ 30-35 ਮੱਝਾਂ ਪਰ ਰੱਖਾਂਗੇ ਅੱਛਾ ਬਾਕੀ ਹੋਰ ਆ ਬਾਈ ਆਪਾਂ ਨੂੰ ਦਿੱਕਤ ਥੋੜੀ ਆਪਣਾ ਵੀ ਜਿਵੇਂ ਹੁਣ ਦੁੱਧ ਵਾਲਾ ਜਾਨਵਰ ਉਹਦੇ ਮਾਰ ਕੀ ਹੈ ਬਾਈ ਨੁਕਸ ਵਾਲਾ ਪਸ਼ੂ ਵੇਚਣਾ ਔਖਾ ਨਾ ਨਾ ਠੀਕ ਹੈ ਦੁੱਧ ਵਾਲੀ ਦਾ ਕਦੋਂ ਮਰਜ਼ੀ ਅੱਜ ਨਹੀਂ ਵੀ ਤੂੰ ਕਰ ਲੂ ਵੀ ਜੋ ਪਰਸੋਂ ਬਾਕੀ ਹੋਰ ਆ ਵੀਰੇ ਆਪਣੇ ਜ਼ਿਮੀਦਾਰ ਹੁਣ ਮੁੱਲ ਲਾਉਂਦੇ ਆ ਵੀ ਜਾਨਵਰ ਆ ਬਾਈ ਆਪਾਂ ਤਾਂ ਇਹ ਗੱਲ ਕਹਿੰਦੇ ਆ ਵੀ ਵਿੱਚ ਬਾਈ ਕਹਿੰਦੇ ਨੇ ਵੀਡੀਓ ਤੇ ਅਸੀਂ ਪੈਸੇ ਆਪਾਂ ਕਹਿੰਦੇ ਕੋਲੇ ਆਓ ਬਾਈ ਤਸੱਲੀ ਕਰਕੇ ਲੈ ਕੇ ਜਾਓ ਅੱਛਾ ਸਵਾਦ ਆਉਂਦਾ ਵੀਰੇ ਦੋ ਡੰਗ ਚੋ ਕੇ ਤਸੱਲੀ ਕਰਕੇ ਲੈ ਜਾਓ ਕੋਈ ਚੱਕਰ ਨਹੀਂ ਤੁਸੀਂ ਨੇ ਲਾਉਣਾ ਰੇਟ ਬਾਈ ਨੇ ਨਾ ਕੋਈ ਲੈਣਾ ਪਾਟਿਆ ਹੋਇਆ ਤੇ ਬਾਕੀ ਫਿਰ ਹਰਿਆਣੇ ਵਾਲਿਆਂ ਨੂੰ ਤਾਂ ਫਿਰ ਪਤਾ ਹੋਣਾ ਬਖਸ਼ੀਆ ਇਹਨੇ ਨਾਲ ਮਾਲ ਇਕੱਠਾ ਲਾ ਕੇ ਤੇ ਇੱਕ ਵੀ ਮੈਂ ਧਾਰ ਨਹੀਂ ਹੈਗੀ ਬਾਈ ਜੇ ਆਪਾਂ ਇਹਨਾਂ ਚੋਂ ਕਹਾਂ ਇਕੱਠਾ 18-20 ਲੱਖ ਤੋਂ 20 ਲੱਖ ਤੋਂ ਬਾਹਰ ਚੱਲਿਆ ਗਿਆ ਕੰਮ 20 ਲੱਖ ਦੀਆਂ ਮੱਝਾਂ ਵੀ ਆਇਆ ਬਾਈ ਮੱਝ ਕੋਈ ਮਾੜੀ ਮੱਝ ਨਹੀਂ ਆਪਣੇ ਕੋਲ ਵੀ ਵਿੱਚ ਵੀਰ ਕਹਿੰਦੇ ਨੇ ਵੀ ਚਲੋ ਇੱਕ ਹਲਕੀ ਆ ਉਹਦੇ ਨਾਲ ਤਕੜੀ ਆ ਵੀ ਆਪਾਂ ਬਾਰ ਬਾਰ ਇੱਕੋ ਗੱਲ ਕਹਿੰਦੇ ਆ ਵੀਰੇ ਵੀ ਆ ਕੇ ਜਾਨਵਰ ਕੋਲੋਂ ਦੇਖ ਲਓ ਅਗਲੇ ਦੇ ਜੱਚਿਆ ਦਾ ਲੈ ਲਓ ਨਹੀਂ ਕੋਈ ਚੱਕਰ ਸਿਰਾ ਕਰਾਇਆ ਪਿਆ ਪ੍ਰਦੀਪ ਨੇ ਅੱਜ ਦੀ ਘੜੀਆਂ 'ਚ ਇਹੀ ਜੀ ਗੱਲ ਨਹੀਂ ਕਿਉਂਕਿ 20 ਪਸ਼ੂ ਉਹੀ ਗੱਲ ਹੈ ਪਹਿਲਾਂ ਨਗਦ ਰੁਪਈਆਂ ਦੇ ਖਰੀਦਣੇ ਫਿਰ ਉਹਨਾਂ ਦੀ ਸਾਂਭ ਸੰਭਾਲ ਕਰਨੀ ਉਹੀ ਲੱਗਦਾ ਔਖਾ ਬਹੁਤ ਹੈ ਕੰਮ ਆ ਤੁਸੀਂ ਸੋਚ ਕੇ ਦੇਖੋ ਨਿਗਾਹ ਮਾਰ ਕੇ ਦੇਖੋ ਬਈ ਇੱਥੋਂ ਬਾਹਰ ਹੋਇਆ ਕੈਮਰੇ ਦੀ ਵੀ ਇੱਥੋਂ ਜਾਨਵਰ ਕਿਹੜੇ ਲੋਟ ਦੇ ਕਿੱਥੋਂ ਕਿਵੇਂ ਨੇ ਨਾ ਨਾ ਸਾਰੇ ਨਿਗਾਹ ਮਾਰ ਕੇ ਦੇਖੋ ਇੱਕ ਤੋਂ ਇੱਕ ਜਾਨਵਰ ਦਿਖਾ ਦੇ ਦੇਖ ਸਾਰੇ ਕਹਿਣ ਪਿਓਰ ਕਾਲੀਆਂ ਜਾਮਣ ਵਰਗੀਆਂ ਝੋਟੀਆਂ ਨੇ ਇਹੀ ਜਿਹੀਆਂ ਚੀਜ਼ਾਂ ਖਰੀਦਣ ਵਾਸਤੇ ਸੱਜਣ ਰੇਟ ਤਾਂ ਲਾਉਣਾ ਪਊਗਾ ਉਹੀ ਗੱਲ ਹੈ 2 ਰੁਪਏ ਇਹਨਾਂ ਨੇ ਵੀ ਬਚਾਉਣੇ ਨੇ ਖਰਚੇ ਪਾ ਕੇ ਆਈਆਂ ਨੇ ਖਰਚਾ ਵੀ ਮੈਂ ਤੇ ਉੱਥੇ 4-5 ਹਜ਼ਾਰ ਪੈ ਜਾਂਦਾ ਹਨਾ ਬਾਈ ਇਹ ਵੱਡੀ ਗੱਡੀ ਆਉਂਦੀ ਆ ਤਾਂ ਥੋੜਾ ਘੱਟ ਪੈ ਜਾਂਦਾ ਗਾ ਮੰਨ ਕੇ 2,000 ਪੈ ਜਾਂਦਾ ਜੇ ਕੱਲੀ ਮੰਨ ਕੇ 2-2 ਮੱਝਾਂ ਵਾਲੀ ਗੱਡੀ ਆਉਂਦੀ ਆ ਉਹ ਤੇ ਥੋੜਾ ਵੱਧ ਹੁੰਦਾ ਠੀਕ ਹੈ ਬਾਕੀ ਆਪਣੀ ਸਕਾਰਪੀਓ ਵੀ ਪੀ ਜਾਂਦੀ ਉਹ ਤਾਂ ਪੀਣੀ ਪੀਣਾ ਬਾਈ ਤੇ ਇਹਦਾ ਰੇਟ ਕਿੰਨੇ ਦੀ ਦੇ ਦਾਂਗੇ ਬਾਈ ਰੇਟ ਬਾਈ ਇਹ ਜਾਇਜ਼ ਮੈਂ 1,05,000 ਲੋਹਾ ਖੇੜਾ ਤੇ ਜਿਹੜੀਆਂ ਮੱਝਾਂ ਦੇ ਰੇਟ ਕਰੇ ਨੇ ਫੋਨ ਤੇ ਹੋ ਜਾਣਗੇ ਫੋਨ ਤੇ ਬਾਕੀ ਵੀਰੇ ਆਪਣੇ ਕੋਲ ਜਮਾ ਜਾਇਜ਼ ਰੇਟ ਨੇ ਵੀ ਜ਼ਿਆਦਾ ਆਪਣੇ ਕੋਲ ਰੇਟ ਨੇ ਜਿਹੜੇ 1,20-25 ਵਾਲੇ ਨੇ 25 ਵਾਲੇ ਨੇ ਅੱਛਾ 2 ਮੈਸਾਂ ਹੈਗੀਆਂ ਨੇ ਵੀ ਜਿਹੜੀਆਂ ਮੰਨ ਕੇ 1.5 ਲੱਖ ਦੀ ਰੇਂਜ 'ਚ ਨੇ ਆਪਾਂ ਪਹਿਲਾਂ ਦੱਸ ਦੇਣਾ ਵੀਰੇ ਚਲੋ ਬਾਕੀ ਵੀ ਪੈਸੇ ਦਾ ਜਾਨਵਰ ਤੇ ਅਗਲੇ ਨੇ ਲਾਉਣੇ ਨੇ ਬਕਾਇਦਾ ਸੱਜਣਾਂ ਨੂੰ ਮੈਂ ਕਹਿਣਾ ਚਾਹੂੰਗਾ ਓਏ ਤੁਸੀਂ ਫੋਨ ਤੇ ਭਕਾਈ ਕਰਨ ਨੂੰ ਨਾ ਬਾਈ ਜੇ ਤੁਸੀਂ ਇੱਥੇ ਆ ਕੇ ਖਰੀਦ ਲਓਗੇ ਉਹ ਬਾਲੀ ਚੰਗੀ ਗੱਲ ਹੈ ਪਿੰਡ ਲੋਹਾ ਖੇੜਾ ਲੌਂਗੋਵਾਲ ਇੱਕ ਬਹੁਤ ਵੱਡਾ ਕਸਬਾ ਉਹਦੇ ਨੇੜੇ ਪੈ ਜਾਂਦਾ ਧਨੌਲੇ ਦੇ ਵੀ ਲਾਗੇ ਪੈ ਜਾਂਦਾ ਤੁਸੀਂ ਆ ਕੇ ਤਸੱਲੀ ਕਰਕੇ ਇੱਥੋਂ ਇੱਥੋਂ ਆ ਕੇ ਸੌਦਾ ਕਰੋਗੇ ਫੋਨ ਤੇ ਉਹ ਗੱਲ ਬਣਦੀ ਨਹੀਂ ਪ੍ਰਦੀਪ ਹਨਾ ਬਈ ਫੋਨ ਤੇ ਗੱਲ ਵੀ ਨਹੀਂ ਬਾਕੀ ਹੋਰ ਵੀਰੇ ਫੋਨ ਦੇ ਵਿੱਚ ਜਾਨਵਰ ਦਾ ਇੱਕ ਆਪਾਂ ਆਈਡੀਆ ਦੇ ਸਕਦੇ ਆ ਵੀ ਜਾਨਵਰ ਖੜੇ ਨੇ ਵੀ ਬਾਕੀ ਜਿਹੜੇ ਵੀਰ ਆਪਣੇ ਕੋਲ ਆ ਕੇ ਗਏ ਨੇ ਉਹ ਆਪਦੇ ਮੂੰਹੇ ਗੱਲ ਕਹਿੰਦੇ ਨੇ ਵੀ ਵਾਕਿਆ ਵੀ ਤੇਰੇ ਕੋਲ ਜਾਨਵਰ ਹੁੰਦੇ ਆ ਹੁਣ ਵੀਰੇ ਤਰ੍ਹਾਂ ਤਰ੍ਹਾਂ ਦੇ ਮੂੰਹਾਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਨੇ ਹਨਾ ਜਿਹੜੇ ਨਹੀਂ ਜਾਨਵਰ ਦੇਖਿਆ ਬਾਈ ਕੀ ਆ ਫਲਾਣਾ ਅੱਜ 1 ਮਿੰਟ ਅੱਗੇ ਅਗਲਾ ਹਰੇਕ ਵੀਡੀਓ 'ਚ ਹਰੇਕ ਬੰਦੇ ਨੂੰ ਕਹਿ ਜਾਂਦਾ ਬਾਈ ਦੁੱਧ ਛੱਡਿਆ ਹੋਇਆ ਅੱਜ ਆਪਣੀਆਂ ਮਈਆਂ ਦੇ ਆਪਾਂ ਬੱਚੇ ਮੈਂ ਬੱਚੇ ਲਾਉਣ ਲੂਗਾ ਤੂੰ ਕਹਿੰਦਾ ਲਾਈ ਨਾ ਮੈਂ ਲਾਈ ਨਾ ਬਾਈ ਸਵਾਦ ਨਹੀਂ ਆਉਂਦਾ ਸਵਾਦ ਨਹੀਂ ਆਉਂਦਾ ਬਾਕੀ ਹੁਣ ਬਾਈ ਜਿਹੜਾ ਬੋਲਾ ਜਿੰਨਾ ਤਿਆਰ ਆਪਾਂ ਦੱਸਤਾ ਨਾ ਬਾਕੀ ਤੁਹਾਡੇ ਕਮੈਂਟਾਂ ਤੋਂ ਪਤਾ ਲੱਗ ਜਾਂਦਾ ਬਾਈ ਥੋੜੀ ਕਮੈਂਟ ਦਿਆ ਕਰੋ ਕੋਈ ਗੱਲ ਨਹੀਂ ਉੱਥੇ ਸੇਧ ਮਿਲਦੀ ਹੈ ਇਹੋ ਜੀ ਗੱਲ ਨਹੀਂ ਤੇ ਬਾਕੀ ਇਹੀ ਬੇਨਤੀ ਕਰੂੰਗਾ ਵੀ ਸੱਜਣਾਂ ਨੂੰ ਇੱਕ ਵਾਰੀ ਤੁਸੀਂ ਇੱਥੇ ਆ ਕੇ ਖਰੀਦਿਓ ਆ ਕੇ ਬਹੁਤ ਫਰਕ ਪੈ ਜਾਂਦਾ ਠੀਕ ਹੈ ਜੀ
इसे तरह मिलावांगे किसी होर चंगे जानवरां ते अपने चैनल नूं कर लिओ सबसक्राइब ते लाइक शेयर जरूर कर दिओ जी। धन्यवाद जी।